ਉਹਨਾਂ ਨੂੰ ਕਿਹਾ ਸੀ ਕਿ ਮੋਰਚਾ ਨਾ ਚੱਕੋ ਜਿੰਨਾ ਚਿਰ ਤੁਹਾਡੇ ਕੋਲ ਲਿਖਤੀ ਕੋਈ ਗੱਲ ਨਹੀਂ ਆਉਂਦੀ। ਉਹਨਾਂ ਨੇ ਮੋਰਚਾ ਚੱਕਿਆ, ਮੋਰਚਾ ਇਸ ਕਰਕੇ ਚੱਕਿਆ ਕਿ ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਵੀ ਬਣੇ ਉਹ ਮੁੱਖ ਮੰਤਰੀ ਦੀਆਂ ਫੀਲਿੰਗਾਂ ਲੈ ਬੈਠੇ ਸੀ। ਜੇ ਉਸ ਵੇਲੇ ਸੈਂਟਰ ਨੇ ਆਪਾਂ ਨੂੰ ਕੁਛ ਲਿਖ ਕੇ ਹੀ ਨਹੀਂ ਦਿੱਤਾ ਤਾਂ ਫਿਰ ਇੱਕ ਗੱਲ ਦੱਸੋ ਕਿ ਫਿਰ ਜਸ਼ਨ ਯਾਰ ਕਾਹਦੇ ਮਨਾਏ ਗਏ ਜਿਹੜੇ ਇੱਕ ਮਹੀਨਾ ਜਸ਼ਨ ਚੱਲੇ, ਟਨਾਂ ਦੇ ਟਨ ਕਾਮਰੇਡਾਂ ਉੱਤੇ ਫੁੱਲ ਬਰਸਾ ਤੇ ਨਿਹੰਗ ਸਿੰਘ ਫੌਜਾਂ ਨਗਾਰੇ ਵਜਾਉਂਦੀਆਂ ਆਈਆਂ ਤੇ ਫਿਰ ਉਹ ਜਸ਼ਨ ਕਾਹਦਾ ਸੀ ਜੇ ਆਪਾਂ ਨੂੰ ਫੇਰ ਦੁਬਾਰਾ ਜਾਣ। ਆਹੀ ਗੱਲਾਂ ਦੀਪ ਕਹਿੰਦਾ ਸੀ। ਔਰ ਅੱਜ ਫੇਰ ਟਰਾਲੀਆਂ ਲੈ ਕੇ ਚੱਲ ਪਏ, ਬਹੁਤੇ ਬੰਦੇ ਫੋਟੋਆਂ ਖਿਚਾਉਣ ਦੇ ਮਾਰੇ ਔਰ ਉੱਥੇ ਮੀਡੀਆ ਸਾਹਮਣੇ ਆਉਣ ਦੇ ਮਾਰੇ ਪੰਥਕ ਬੰਦੇ ਵੀ ਤੁਰੇ ਫਿਰਦੇ ਨੇ। ਕਿਹਨੇ ਕਿਹਾ ਬਈ? ਆਪਣਾ ਫਰਜ਼ ਬਣਦਾ ਸੀ ਉਹਨਾਂ ਨੂੰ ਪੁੱਛਣ ਦਾ ਕਿ ਅੱਜ ਬੰਦੀ ਸਿੰਘਾਂ ਦਾ ਮਸਲਾ ਤੁਸੀਂ ਇਹਦੇ ਵਿੱਚ ਕਿਉਂ ਨਹੀਂ ਸ਼ਾਮਿਲ ਕੀਤਾ, ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਵਾਲਾ ਮਸਲਾ ਕਿਉਂ ਨਹੀਂ ਸ਼ਾਮਿਲ ਕੀਤਾ। ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਬੇਨਤੀ ਕਰਦਾ ਕਿ ਆਪਾਂ ਸਟੇਟ ਨੂੰ ਗਾਲਾਂ ਕੱਢਦੇ ਹਾਂ, ਸਾਡੇ ਨਾਲ ਆਹ ਹੋ ਗਈ, ਇਹ ਹੋ ਗਈ, ਵੋ ਹੋ ਗਈ, ਫੇਰ ਚਲੇ ਜਾਓ, ਅਸੀਂ ਨਹੀਂ ਰੋਕਦੇ। ਅਸੀਂ ਵੀ ਕਿਹਾ ਕਿ ਮੀਟਿੰਗ ਕਰਕੇ ਦੱਸਾਂਗੇ ਕਿ ਜਾਣਾ ਕਿ ਨਹੀਂ ਜਾਣਾ। ਜੇਕਰ ਮਿੱਤਰੋ ਉੱਥੇ ਪਰਚੇ ਦਰਜ ਹੋ ਗਏ, 26 ਜਨਵਰੀ ਵਾਲੀ ਹੋ ਗਈ, ਇਹਨਾਂ ਨੇ ਕਹਿਤਾ ਕਿ ਸਾਡੇ ਕੁਛ ਲੱਗਦੇ ਹੀ ਨਹੀਂ ਅੱਤਵਾਦੀ ਨੇ, ਫੇਰ ਕੀ ਕਰੇਂਗੇ ਉਹ? ਫਿਰ ਮਾਵਾਂ ਰੋਣਗੀਆਂ, ਪਰਿਵਾਰ ਰੋਣਗੇ। ਤੁਸੀਂ ਇੱਕ ਗੱਲ ਦੱਸੋ ਕਿ ਪੰਥ ਦਾ ਸੰਘਰਸ਼ ਯਾਰ ਕਾਮਰੇਡ ਲੜਨਗੇ, ਸਾਡੇ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਉੱਥੇ ਕਿੰਨੇ ਕੱਪਾ ਜਾਂਦੇ ਆ। ਅੱਜ ਪੰਥ ਦੀ ਸਭ ਤੋਂ ਵੱਡੀ ਸਿਆਸੀ ਜਮਾਤ ਸੀ ਸ਼੍ਰੋਮਣੀ ਅਕਾਲੀ ਦਲ, ਸਰਦਾਰ ਮਨਪ੍ਰੀਤ ਸਿੰਘ ਹੁਣੀ ਬੈਠੇ ਨੇ, ਸਾਡੇ ਰਿਸ਼ਤੇਦਾਰ ਵੀ ਨੇ। ਤੁਸੀਂ ਇੱਕ ਗੱਲ ਦੇਖੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਕੀ ਹੋ ਗਿਆ, ਉਹ ਕਿਉਂ ਹੋਇਆ? ਸਾਨੂੰ ਕਦੇ ਅਕਾਲੀ ਦਲ ਪਿਆਰਾ ਨਹੀਂ ਸੀ, ਸਾਰੇ ਪੰਥ ਦਾ ਸੀ ਅਕਾਲੀ ਦਲ। ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ, ਇਹ ਕੁਰਬਾਨੀਆਂ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਜਥੇਬੰਦੀ ਸੀ, ਇੱਕ ਸਿਆਸੀ ਜਥੇਬੰਦੀ, ਇੱਕ ਧਾਰਮਿਕ ਜਥੇਬੰਦੀ ਖੜੀ ਕਰੀ ਸੀ। ਅੱਜ ਸੁਖਬੀਰ ਬਾਦਲ ਨੇ ਈਡੀ ਤੋਂ ਡਰਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਠਾ ਬਿਠਾਤਾ। ਇਹ ਗੱਲ ਮੈਂ ਇਸ ਸਟੇਜ ਤੋਂ ਕਹਿਣਾ ਕਿ ਸਾਰੇ ਪੰਥਕ ਜਿੰਨੇ ਵੱਡੇ ਅਕਾਲੀ ਲੀਡਰ ਨੇ ਉਹਨਾਂ ਨਾਲ ਮੇਰੀ ਗੱਲ ਹੋਈ ਹੈ, ਉਹ ਸਾਹਮਣੇ ਆ ਕੇ ਕੋਈ ਨਹੀਂ ਕਹਿੰਦਾ। ਐਡਾ ਵੱਡਾ ਕਾਰੋਬਾਰ ਕਰੀ ਬੈਠਾ, ਈਡੀ ਤੋਂ ਡਰਦਾ ਆ ਨਹੀਂ। ਫੇਰ ਖਾਕੀ ਨਿਕਰਾਂ ਤਿਆਰ ਸੀਆਂ ਪਾਉਣ ਨੂੰ, 2-4 ਦਿਨ ਚ ਪੈ ਜਾਣੀਆਂ ਸੀ, ਪ੍ਰੈਸ ਪ੍ਰੁਸ ਕਰਕੇ ਤਾਰਾਂ ਤੇ ਲਮਕਾ ਲਈਆਂ ਸੀ, ਜੇ ਆ ਸੰਘਰਸ਼ ਨਾ ਚੱਲਦਾ ਫੇਰ ਪਾ ਲੈਣੀਆਂ ਸੀ। ਆਪਾਂ ਗੁਰੂ ਕੇ ਸਿੱਖੋ ਜਿਹੜੇ ਸੰਘਰਸ਼ੀ ਬੰਦੇ ਆ ਯਾਰ, ਉਹਨਾਂ ਦੇ ਹੀ ਕੱਪੜੇ ਲਾਈ ਜਾਂਦੇ ਆ, ਉਹਨਾਂ ਨੂੰ ਇਹ ਬਦਨਾਮ ਕਰਨ ਤੇ ਲੱਗੇ ਹੋਏ ਆ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆਹ ਕਰਤਾ, ਬਾਬਾ ਜਰਨੈਲ ਸਿੰਘ ਉਹਨਾਂ ਨੇ ਆਹ ਕਰਤਾ, ਫਲਾਣੀ ਜਥੇਬੰਦੀ ਨੇ ਆਹ ਕਰਤਾ, ਜਿਹਨਾਂ ਨੇ ਬੇੜਾ ਬਿਠਾਇਆ ਪੰਥ ਦਾ, ਜਿਹਨਾਂ ਨੇ ਕਦੇ ਪੰਥ ਦੀ ਗੱਲੇ ਨਹੀਂ ਕਰੀ, ਉਹ ਅੱਜ ਯਾਰ ਸਾਡੇ ਕੋਲ ਝੂਠ ਬੋਲ ਰਹੇ ਨੇ, ਸਾਨੂੰ ਬੁੱਧੂ ਬਣਾ ਰਹੇ ਨੇ। ਇਹਦਾ ਮਤਲਬ ਆਪਾਂ ਸਾਰੇ ਬੁੱਧੂ ਹੈ। ਹੁਣ ਸੁਖਬੀਰ ਬਾਦਲ ਕਹਿੰਦਾ ਮੈਂ ਬੰਦੀ ਸਿੰਘ ਰਿਹਾ ਕਰਾਉਣੇ ਨੇ, ਬੰਦੀ ਸਿੰਘਾਂ ਦੀ ਗੱਲ ਕਰੂੰਗਾ। ਜਦੋਂ ਬੀਬੀ ਹਰਸਿਮਰਤ ਲੋਕ ਸਭਾ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰ ਰਹੀ ਸੀ, ਅਮਿਤ ਸ਼ਾਹ ਨੇ ਜਵਾਬ ਕੀ ਦਿੱਤਾ? ਜਿਹੜੇ 40 ਸਾਲ ਤੁਸੀਂ ਇਹਨਾਂ ਦੇ ਪੋਤੜੇ ਧੋਏ, ਉਹਦਾ ਜਵਾਬ ਅਮਿਤ ਸ਼ਾਹ ਨੇ ਤੁਹਾਨੂੰ ਦੇ ਦਿੱਤਾ।